ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ। ਅੱਜ ਦੁਆਬੇ ਦੇ ਲੋਕਾਂ ਲਈ ਖੁਸ਼ੀ ਦਾ ਦਿਨ ਹੈ। ਖੁਸ਼ੀ ਦਾ ਦਿਨ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਆਦਮਪੁਰ 에ਅਰਪੋਰਟ ਤੇ, ਔਰ ਕੁਝ ਹੀ ਪਲਾਂ ਦੇ ਵਿੱਚ ਗਾਜ਼ੀਆਬਾਦ ਤੋਂ ਜਿਹੜੀ ਫਲਾਈਟ ਹੈ, ਜਿਹੜੀ ਲੋਕਲ ਫਲਾਈਟ ਹੈ, ਉਹ ਆਏਗੀ। ਔਰ ਉਹਦੇ ਵਿੱਚ ਕਿੰਨੇ ਸਵਾਰੀਆਂ ਹੈਗੀਆਂ ਨੇ, ਕਿੰਨੀਆਂ, ਮੇਰੇ ਖਿਆਲ 'ਚ ਕੋਈ 62 ਦੇ ਕਰੀਬ ਕਰੀਬ ਸਵਾਰੀਆਂ ਜਿਹੜੀਆਂ ਹੈਗੀਆਂ ਉਹਦੇ 'ਚ ਬੈਠ ਸਕਣਗੀਆਂ। ਔਰ ਦੁਆਬੇ ਲਈ ਇਸ ਵੇਲੇ ਬਹੁਤ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਦਿੱਲੀ ਦੂਰ ਨਹੀਂ ਹੈ। ਲੋਕ ਆਪਣਾ ਬਿਜ਼ਨਸ ਵਧਾਉਣ ਵਾਸਤੇ ਇਸ ਆਦਮਪੁਰ ਹਵਾਈ 에ਅਰਪੋਰਟ ਤੋਂ ਰੋਜ਼ਾਨਾ ਦਿੱਲੀ ਜਾ ਸਕਣਗੇ, ਗਾਜ਼ੀਆਬਾਦ ਜਾ ਸਕਣਗੇ, ਤਾਂ ਜਿਹੜਾ ਬਿਜ਼ਨਸ ਹੈਗਾ ਉਹਨਾਂ ਦਾ ਉਸ ਨੂੰ ਵਧਾਵਾ ਮਿਲੇਗਾ। ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਹਾਂ ਕਿ 12 ਦੇ ਕਰੀਬ ਜਿਹੜੀਆਂ ਬਿਜ਼ਨਸ ਕਲਾਸ ਸੀਟਸ ਹੈਗੀਆਂ ਨੇ ਅਤੇ ਹੋਰ ਜਿਹੜੀਆਂ ਸੀਟਸ ਹੈਗੀਆਂ ਨੇ, ਇਕਨੋਮੀ ਸੀਟਸ ਵੀ ਹੈਗੀਆਂ। 76 ਸੀਟਾਂ ਦਾ ਜਹਾਜ਼ ਹੈਗਾ ਜਿਹੜਾ ਸਟਾਰ 에ਅਰ ਕੰਪਨੀ ਵੱਲੋਂ ਚਲਾਇਆ ਜਾਣਾ ਹੈ। ਔਰ ਥੋੜ੍ਹੇ ਦਿਨਾਂ ਬਾਅਦ ਇੱਕ ਸਰਕਾਰੀ ਕੰਪਨੀ ਵੀ ਆਪਣੀ ਫਲਾਈਟਸ ਇੱਥੋਂ ਸ਼ੁਰੂ ਕਰੇਗੀ, ਔਰ ਉਹਦੀ ਟਾਈਮਿੰਗ ਕੀ ਹੈਗੀ ਆ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ। ਮੇਰੇ ਨਾਲ ਇਸ ਵੇਲੇ ਮੇਰੇ ਸਹਿਯੋਗੀ ਸਾਡੇ ਵੈੱਬ ਦੇ ਇੰਚਾਰਜ ਦੈਨਿਕ ਸਵੇਰਾ ਦੇ ਵਿਨੇ ਰਾਣਾ ਮੌਜੂਦ ਨੇ। ਵਿਨੇ, ਕਿਵੇਂ ਵੇਖਦੇ ਹੋ, ਕਿਉਂਕਿ ਬੜੇ ਲੰਬੇ ਅਰਸੇ ਤੋਂ ਲੋਕਾਂ ਨੂੰ ਆਸਾਂ ਸੀਗੀਆਂ ਆਦਮਪੁਰ 에ਅਰਪੋਰਟ ਦੀਆਂ, ਨਾਮ ਬਦਲੀ ਨੂੰ ਲੈ ਕੇ ਵੀ ਗੱਲਾਂ ਹੋ ਰਹੀਆਂ, ਚਰਚਾਵਾਂ ਹੋਈਆਂ ਸੀਗੀਆਂ, ਪਰ ਹੁਣ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਿਆ ਸਰਾਈਆਂ ਚੱਲ ਰਹੀਆਂ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਵਰਚੁਅਲੀ ਉਦਘਾਟਨ ਕੀਤਾ ਗਿਆ, ਕਿਵੇਂ ਵੇਖਦੇ ਹੋ, ਕਿਉਂਕਿ ਲੋਕਾਂ ਦੀ ਆਸਾਂ ਨੂੰ ਬੂਰ ਪਿਆ। ਬਿਲਕੁਲ, ਦੇਖੋ ਦੁਆਬਾ ਦੇ ਵਿੱਚੋਂ ਸਭ ਤੋਂ ਜ਼ਿਆਦਾ ਦੁਆਬਾ ਦੇ ਵਿੱਚੋਂ NRIs ਨੇ, ਇਹ ਗੱਲ ਤਾਂ ਪੂਰੇ ਹਿੰਦੁਸਤਾਨ 'ਚ ਕੀ ਪੂਰੇ ਵਰਲਡ 'ਚ ਮਸ਼ਹੂਰ ਹੈ ਕਿ ਦੁਆਬੇ ਦੇ ਵਿੱਚੋਂ, ਪੰਜਾਬ ਦੇ ਦੁਆਬੇ ਦੇ ਵਿੱਚੋਂ, ਪੰਜਾਬੀ ਵੈਸੇ ਤਾਂ ਕਹਿੰਦੇ ਕਿ ਬਹੁਤ ਜ਼ਿਆਦਾ ਸਾਰੇ ਹੀ, ਲੇਕਿਨ ਦੁਆਬੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਏ ਹੋਏ ਆ। ਹਜੇ ਸਾਡੇ ਕੋਲ ਇੱਕ ਅੰਮ੍ਰਿਤਸਰ ਦਾ 에ਅਰਪੋਰਟ ਸੀਗਾ ਅਤੇ ਇੱਕ ਲੁਧਿਆਣੇ ਸੀਗਾ, ਜਿਹੜੇ ਅੰਮ੍ਰਿਤਸਰ 'ਚ ਤਾਂ ਚਲੋ ਇੰਟਰਨੈਸ਼ਨਲ ਵੀ ਹੋਣ ਲੱਗ ਪਈਆਂ, ਲੇਕਿਨ ਇਸ 에ਅਰਪੋਰਟ ਇਹ ਬਿਲਕੁਲ ਸੈਂਟਰ 'ਚ ਹੋ ਗਿਆ। ਇਹਦੇ ਬਹੁਤ ਜ਼ਿਆਦਾ ਲਾਭ ਇਸ ਕਰਕੇ ਹੈਗੇ ਆ ਕਿ ਬਹੁਤ ਸਾਰਾ ਲੋਕ ਜਿਹੜੇ ਹੈਗੇ ਜਿਨ੍ਹਾਂ ਨੂੰ ਜਾਂ ਤਾਂ ਅੰਮ੍ਰਿਤਸਰ ਅਤੇ ਜਾਂ ਦਿੱਲੀ ਜਾਣਾ ਪੈਂਦਾ ਸੀ, ਠੀਕ ਹੈ ਜੀ। ਜਿਹੜੇ ਲੋਕਲ ਵਾਲੇ ਹੈਗੇ ਆ ਜਿਨ੍ਹਾਂ ਨੇ ਇਨਲੈਂਡ, ਮਤਲਬ ਇਨਲੈਂਡ ਜਿਹਨੂੰ ਆਪਾਂ ਕਹਿੰਦੇ ਕਿ ਦੇਸ਼ ਦੇ ਵਿੱਚ ਸਫ਼ਰ ਕਰਨਾ, ਉਹਨਾਂ ਵਾਸਤੇ ਇਸ 에ਅਰਪੋਰਟ ਦਾ ਬਹੁਤ ਵੱਡਾ ਵੱਡੀ ਜਿਹੜੀ ਭੂਮਿਕਾ ਹੋਏਗੀ। ਔਰ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੇ ਹਵਾਈ ਚੱਪਲ ਵਾਲੇ ਬੰਦੇ ਨੂੰ ਹਵਾਈ ਦੀ ਹਵਾਈ ਸੈਰ ਕਰਾਉਣੀ ਹੈ, ਇਹ ਨਰਿੰਦਰ ਮੋਦੀ ਦਾ ਕਹਿਣਾ ਹੈ, ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਕਹਿਣਾ। ਔਰ ਉਹਨਾਂ ਨੇ ਪਿਛਲੇ ਦਿਨੀ ਜਦੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਇੱਥੇ ਆਏ ਹੋਏ ਸਨ ਐਜ਼ ਏ ਚੀਫ ਗੈਸਟ, ਅਤੇ ਉਦੋਂ ਉਹਨਾਂ ਨੇ ਵਰਚੁਅਲ ਉਦਘਾਟਨ ਕੀਤਾ ਸੀ, 14 ਏਅਰਪੋਰਟ ਸੀਗੇ ਯਾਦ ਹੈ ਉਹਦੇ, ਉਦੋਂ ਜਦੋਂ ਉਦਘਾਟਨ ਕੀਤਾ ਸੀ ਵਰਚੁਅਲੀ, ਉਦੋਂ ਜੋਤੀਆਦਿੱਤਿਆ ਸਿੰਧਿਆ ਵੀ ਨਾਲ ਮੌਜੂਦ ਸੀਗੇ, ਔਰ ਉਹਨਾਂ ਦੀ ਹੀ ਦੇਣ ਹੈਗੀ ਲਗਾਤਾਰ ਇਸ 에ਅਰਪੋਰਟ ਨੂੰ ਹੋਂਦ ਵਿੱਚ ਲਿਆਉਣ ਲਈ। ਕਾਫੀ ਕਿਆਸ ਰਾਹੀਆਂ ਜਿਹੜੀਆਂ ਜਲੰਧਰ ਦੇ ਜਿਹੜੇ ਮੰਤਰੀ ਰਹੇ ਨੇ ਜਾਂ ਫਗਵਾੜੇ ਤੋਂ ਹੈਗੇ ਨੇ ਸੋਮ ਪ੍ਰਕਾਸ਼ ਜੀ, ਉਹਨਾਂ ਵੱਲੋਂ ਵੀ ਕਾਫੀ ਇਸ 에ਅਰਪੋਰਟ ਨੂੰ ਚਾਲੂ ਕਰਨ ਵਾਸਤੇ ਕਾਫੀ ਉਹਨਾਂ ਨੇ ਮੁਸ਼ੱਕਤ ਕੀਤੀ ਹੈਗੀ। ਬਿਲਕੁਲ, ਦੇਖੋ ਜਿਹੜਾ ਆਦਮਪੁਰ 에ਅਰਪੋਰਟ ਦੀ ਚਰਚਾ ਜਿਹੜੀ ਹੈ ਨਾ, ਉਹ ਅੱਜ ਨਹੀਂ ਸ਼ੁਰੂ ਹੋਈ ਸੀ, ਅੱਜ ਤੋਂ 15-20 ਸਾਲ ਪਹਿਲਾਂ ਤੋਂ ਇਹ ਚਰਚਾ ਹੋ ਰਹੀ ਸੀ ਕਿ 에ਅਰਪੋਰਟ ਜਿਹੜਾ ਹੈਗਾ ਉਹ ਆਦਮਪੁਰ 'ਚ ਬਣੇਗਾ। ਲੇਕਿਨ ਇਸ ਨੂੰ ਜਿਹੜਾ ਬੂਰ ਪਿਆ ਕਹਿ ਸਕਦੇ ਹਾਂ ਆਪਾਂ, ਬੂਰ ਉਦੋਂ ਪਿਆ ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣੀ BJP ਦੀ, ਉਦੋਂ ਇਹਨੂੰ ਬੂਰ ਪੈਣਾ ਸ਼ੁਰੂ ਹੋਇਆ, ਫਿਰ ਇਹ ਟਰਮੀਨਲ ਬਣਿਆ, ਪਹਿਲਾਂ ਜਿਹੜੀਆਂ ਫਾਰਮੈਲਿਟੀ ਸੀਗੀਆਂ ਉਹ ਪੂਰੀਆਂ। ਰਾਣੀ, ਮੈਨੂੰ ਯਾਦ ਹੈਗਾ ਪਿੱਛੇ ਜੇ ਜਦੋਂ ਇਹਨੂੰ ਚਲਾਇਆ ਵੀ ਗਿਆ ਸੀਗਾ, ਫਲਾਈਟਸ ਸਪਾਈਸ ਜੈਟ ਦੀਆਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਸੀਗੀਆਂ, ਪਰ ਕੁਝ ਮਜਬੂਰੀਆਂ ਕਾਰਨ ਬੰਦ ਕਰਨਾ ਪਿਆ ਇਸ ਨੂੰ। ਉਹ ਕੀ ਕਾਰਨ ਸੀਗਾ ਜਦੋਂ ਬੰਦ ਕਰਨਾ? ਬਸ ਉਹ ਟੈਕਨੀਕਲਟੀਜ਼ ਸੀਗੀਆਂ ਨਾ, ਜਿਹੜੀ ਕੁਝ ਟੈਕਨੀਕਲਟੀਜ਼ ਦੇ ਵਿੱਚ ਸੀਗੀਆਂ, ਜਿਹੜੀ ਅੜਚਨ ਸੀਗੀ ਵਿੱਚ, ਉਸ ਨੂੰ ਪਹਿਲਾਂ ਕਲੀਅਰ ਕੀਤਾ ਗਿਆ, ਤਾਂ ਹੀ ਉਸ ਤੋਂ ਬਾਅਦ ਹੀ ਫਿਰ ਇਸ ਨੂੰ ਫੰਕਸ਼ਨਲ ਕੀਤਾ ਗਿਆ ਨਾ। ਅੱਜ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਗਾਜ਼ੀਆਬਾਦ ਦਾ ਹਿੰਡਨ 에ਅਰਪੋਰਟ ਹੈ, ਉੱਥੋਂ ਫਲਾਈਟ ਉੱਡ ਚੁੱਕੀ ਹੈ, ਬਸ ਕੁਛ ਹੀ ਦੇਰ 'ਚ ਇੱਥੇ ਪਹੁੰਚਣ ਵਾਲੀ ਹੈ, ਔਰ ਉਹ ਜਦੋਂ ਫਲਾਈਟ ਇੱਥੇ ਪਹੁੰਚੇਗੀ ਇਹ ਸਿਲਸਿਲਾ ਜਿਹੜਾ ਇਹ ਲਗਾਤਾਰ ਚਾਲੂ ਹੋ ਜਾਣਾ, ਕਿਉਂਕਿ ਲੋਕਾਂ ਨੂੰ ਖਾਸ ਕਰ
ਬਿਜ਼ਨਸ ਨੂੰ ਕਾਫੀ ਬੜਾਵਾ ਮਿਲੂਗਾ, ਬਿਜ਼ਨਸ ਨੂੰ ਬਹੁਤ, ਕਿਉਂਕਿ ਲੁਧਿਆਣਾ ਬਿਲਕੁਲ ਆਪਣਾ ਇੰਡਸਟਰੀਅਲ ਟਾਊਨ ਹੈ ਅਤੇ ਨਾਂਦੇੜ ਸਾਹਿਬ ਜਾਣ ਵਾਲੇ ਜਿਹੜੇ ਬਹੁਤ ਸਾਰੇ ਸ਼ਰਧਾਲੂ ਨੇ ਇੱਥੋਂ ਜਿਹੜੇ ਜਾਣਾ ਚਾਹੁੰਦੇ ਆ। ਲੇਕਿਨ ਹੁਣ ਜਦੋਂ ਇਹ ਜਿਹੜਾ ਏਅਰਪੋਰਟ ਸ਼ੁਰੂ ਹੋਊਗਾ, ਇਸ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਬਹੁਤ ਸਾਰੇ ਲੋਕ, NRIs ਨੂੰ ਤਾਂ ਫਾਇਦਾ ਹੈ ਹੀ ਹੈ, ਲੇਕਿਨ ਜਿਹੜੇ ਲੋਕਲ ਲੋਕ ਆ ਜਿਨ੍ਹਾਂ ਨੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਦੂਰ ਜਾ ਕੇ ਵਾਪਸ ਆਉਣਾ ਹੁੰਦਾ, ਉਹਨਾਂ ਵਾਸਤੇ ਇਹ ਏਅਰਪੋਰਟ ਬਹੁਤ ਲਾਹੇਵੰਦ ਸਾਬਿਤ ਹੋਏਗਾ। ਤਾਂ ਧੰਨਵਾਦ ਗੱਲਬਾਤ ਕਰਨ ਲਈ। ਤਾਂ ਕੁਝ ਮਿੰਟਾਂ ਦੇ ਵਿੱਚ, ਜਸਟ ਕਹਿ ਲਈਏ ਵੀ 10 ਕੁ ਮਿੰਟਾਂ ਦੇ ਵਿੱਚ ਆਦਮਪੁਰ ਹਵਾਈ ਅੱਡੇ 'ਤੇ ਫਲਾਈਟ ਆਏਗੀ, ਸਟਾਰ ਕੰਪਨੀ ਦੀ ਫਲਾਈਟ ਹੈ। 76 ਸੀਟਾਂ ਜੋ ਜਾਣਕਾਰ ਹੈਗੇ ਨੇ ਉਹ ਦੱਸ ਰਹੇ ਨੇ ਵੀ 76 ਸੀਟਾਂ ਹੈਗੀਆਂ, 12 ਸੀਟਾਂ ਉਹਦੇ 'ਚ ਬਿਜ਼ਨਸ ਕਲਾਸ ਦੀਆਂ ਹੋਣਗੀਆਂ ਅਤੇ ਬਾਕੀ ਜਿਹੜੀਆਂ ਸੀਟਾਂ ਹੈਗੀਆਂ ਉਹ ਇਕਨੋਮੀ ਕਲਾਸ ਦੀਆਂ, ਔਰ ਕੁਝ ਹੀ ਪਲਾਂ ਦੇ ਵਿੱਚ ਜਿਹੜੀਆਂ ਜਿਹੜਾ ਸਟਾਰ ਏਅਰਲਾਈਨ ਦਾ ਜਿਹੜਾ ਜੈੱਟ ਹੈਗਾ, ਹਵਾਈ ਜਹਾਜ਼ ਹੈਗਾ, ਉਹ ਇੱਥੇ ਲੈਂਡ ਕਰੇਗਾ। ਔਰ ਇਹ ਵੀ ਤੁਹਾਨੂੰ ਇੱਥੇ ਦੱਸ ਦਿੰਦੇ ਹਾਂ ਕਿ ਜਿਹੜੇ ਯਾਤਰੀ ਹੋਣਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕੀ ਸੁਵਿਧਾਵਾਂ ਹੈਗੀਆਂ ਨੇ ਜਹਾਜ਼ ਦੇ ਵਿੱਚ, ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਕੁਝ ਪਲ ਦਾ ਇੰਤਜ਼ਾਰ। ਕੈਮਰਾਮੈਨ ਸੁਖਵਿੰਦਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।